ਪਸ਼ੂਆਂ ਅਤੇ ਮਨੁੱਖਾਂ ਦੇ ਹਸਪਤਾਲ ਆਮ ਤੌਰ ਤੇ ਹਰ ਥਾਂ ਮਿਲਦੇ ਹਨ ਪਰ ਹੁਣ ਪੌਦਿਆਂ ਦੇ ਹਸਪਤਾਲ ਵੀ ਹੋਂਦ ਵਿੱਚ ਆਉਣ ਲੱਗ ਪਏ ਨੇ। ਇਹਨਾਂ ਹਸਪਤਾਲਾਂ ਵਿੱਚ ਪੌਦਿਆਂ ਉੱਪਰ ਬਿਮਾਰੀ ਦਾ ਹਮਲਾ, ਕੀੜੇ ਦਾ ਹਮਲਾ, ਖੁਰਾਕੀ ਤੱਤਾਂ ਦੀ ਘਾਟ ਅਤੇ ਹੋਰ ਕਾਰਨਾਂ ਦਾ ਅਧਿਐਨ ਕੀਤਾ ਜਾਂਦਾ ਹੈ ਜਿਨ੍ਹਾਂ ਕਰਕੇ ਬੂਟੇ ਲੋੜੀਂਦਾ ਝਾੜ ਦੇਣ ਤੋਂ ਅਸਮਰੱਥ ਹੋ ਜਾਂਦੇ ਹਨ। ਇੱਥੇ ਮਾਹਿਰਾਂ ਵੱਲੋਂ ਪੌਦੇ ਦੀ ਅਲਾਮਤ ਦੀ ਸ਼ਨਾਖਤ ਕਰਕੇ ਮੌਕੇ 'ਤੇ ਇਲਾਜ ਬਾਰੇ ਦੱਸਿਆ ਜਾਂਦਾ ਹੈ। ਬੱਚੋ, ਪੌਦ ਰੋਗ ਨਿਵਾਰਨ ਕਲੀਨਿਕ, ਪਲਾਂਟ ਕਲੀਨਿਕ ਕੀ ਹੈ? ਇਹ ਉਹ ਜਗ੍ਹਾ ਜਿੱਥੇ ਬਿਮਾਰ ਪੌਦਿਆਂ ਦੀਆਂ ਵੱਖ ਵੱਖ ਸਮੱਸਿਆਵਾਂ ਬਾਰੇ ਅਧਿਐਨ ਕੀਤਾ ਜਾਂਦਾ ਹੈ ਅਤੇ ਸਮੱਸਿਆਵਾਂ ਨੂੰ ਦੂਰ ਕਰਨ ਲਈ ਇਲਾਜ ਦੱਸਿਆ ਜਾਂਦਾ ਹੈ। ਮਿੱਟੀ, ਪਾਣੀ, ਮੌਸਮ, ਰਸਾਇਣਾਂ, ਕੀੜੇ ਮਕੌੜੇ, ਫਸਲੀ ਬਿਮਾਰੀਆਂ ਆਦਿ ਦੇ ਮਾੜੇ ਅਸਰ ਦੇ ਚਿੰਨ੍ਹ ਪੌਦਿਆਂ ਉੱਤੇ ਆਪਣੇ ਆਪ ਨਜ਼ਰ ਆਉਣ ਲੱਗ ਪੈਂਦੇ ਹਨ। ਇਹਨਾਂ ਚਿੰਨ੍ਹਾਂ ਦੀ ਪਹਿਚਾਣ ਲਈ ਇੱਥੇ ਪੌਦਿਆਂ ਦੇ ਸੰਭਾਲੇ ਨਮੂਨੇ ਜਾਂ ਸਪੈਸੀਮੈਨ ਜਿਹਨੂੰ ਕਿਹਾ ਜਾਂਦਾ ਹੈ ਜਾਂ ਉਹਨਾਂ ਦੀਆਂ ਫੋਟੋਆਂ ਆਦਿ ਵਰਤੀਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਲਾਜ ਜਾਂ ਸ਼ਨਾਖਤ ਵਾਸਤੇ ਲੋੜੀਂਦਾ ਸਮਾਨ ਅਤੇ ਨਮੂਨੇ ਇੱਥੇ ਰੱਖੇ ਜਾਂਦੇ ਹਨ। ਪਹਿਲਾਂ ਪਲਾਂਟ ਬਿਮਾਰੀ ਕਲੀਨਿਕ ਪੌਦਾ ਰੋਗ ਵਿਭਾਗ PAU ਵਿੱਚ 1978 ਵਿੱਚ ਸ਼ੁਰੂ ਕੀਤਾ ਗਿਆ। ਫਿਰ ਸੰਨ 1993 ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਸੈਂਟਰਲ ਪਲਾਂਟ ਕਲੀਨਿਕ ਲੁਧਿਆਣਾ ਵਿੱਚ ਸਥਾਪਿਤ ਕੀਤਾ ਗਿਆ। ਕਿਸਾਨਾਂ ਦੀ ਸਹੂਲਤ ਲਈ ਅਲੱਗ ਅਲੱਗ ਜ਼ਿਲ੍ਹਿਆਂ ਵਿੱਚ ਹੁਣ ਇਹ ਪਲਾਂਟ ਕਲੀਨਿਕ PAU ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ KVK ਵਿੱਚ ਚੱਲ ਰਹੇ ਹਨ। ਖੇਤਰੀ ਖੋਜ ਕੇਂਦਰ ਅਬੋਹਰ, ਬਠਿੰਡਾ ਅਤੇ ਗੁਰਦਾਸਪੁਰ ਵਿੱਚ ਵੀ ਪਲਾਂਟ ਕਲੀਨਿਕ ਸਥਾਪਿਤ ਕੀਤੇ ਜਾ ਚੁੱਕੇ ਹਨ। ਇਸ ਯੂਨੀਵਰਸਿਟੀ ਦੇ ਪਲਾਂਟ ਕਲੀਨਿਕ ਨੂੰ ਵੇਖ ਕੇ ਹੋਰ ਖੇਤੀਬਾੜੀ ਯੂਨੀਵਰਸਿਟੀਆਂ ਵੀ ਪਲਾਂਟ ਕਲੀਨਿਕ ਬਣਾ ਰਹੀਆਂ ਹਨ। ਪਲਾਂਟ ਕਲੀਨਿਕ ਦੇ ਲਾਭ ਪੰਜਾਬ ਵਿੱਚ ਖੇਤੀਬਾੜੀ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਦੇ ਮਾਹਿਰ, ਪੌਦਾ ਰੋਗ, ਕੀਟ, ਭੂਮੀ ਅਤੇ ਫਸਲ ਵਿਗਿਆਨੀ ਇਸ ਕਲੀਨਿਕ ਵਿੱਚ ਤੈਨਾਤ ਹੁੰਦੇ ਹਨ। ਇੱਥੇ ਪੰਜਾਬ ਅਤੇ ਦੇਸ਼ ਦੇ ਲੱਖਾਂ ਹੀ ਕਿਸਾਨਾਂ ਨੂੰ ਫਸਲਾਂ ਦਾ ਸਹੀ ਇਲਾਜ ਮਿਲਣ ਅਤੇ ਬਹੁਤ ਹੀ ਆਰਥਿਕ ਲਾਭ ਵੀ ਪੁੱਜ ਰਿਹਾ ਹੈ। ਇਹ ਲਾਭ ਹੇਠ ਲਿਖੇ ਤੱਥਾਂ ਤੋਂ ਸਪੱਸ਼ਟ ਹੁੰਦੇ ਹਨ। ਪਹਿਲਾਂ, ਪਲਾਂਟ ਕਲੀਨਿਕ ਵਿੱਚ ਪੌਦਿਆਂ ਵਿੱਚ ਜ਼ਮੀਨੀ ਖੁਰਾਕੀ ਤੱਤਾਂ ਦੀ ਘਾਟ ਕਰਕੇ ਪੌਦਿਆਂ ਦੇ ਪੱਤਿਆਂ, ਜੜ੍ਹਾਂ ਅਤੇ ਹੋਰ ਹਿੱਸਿਆਂ ਉੱਤੇ ਆਏ ਨਿਸ਼ਾਨੇ ਚਿੰਨ੍ਹਾਂ ਦੀ ਸ਼ਨਾਖਤ ਕਰਨ ਅਤੇ ਪੌਦਿਆਂ ਦੀ ਬਿਮਾਰੀਆਂ ਅਤੇ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਦੀ ਪਹਿਚਾਣ ਕੀਤੀ ਜਾਂਦੀ ਹੈ। ਖੇਤਾਂ ਵਿੱਚੋਂ ਲਿਆਂਦੇ ਬਿਮਾਰ ਬੂਟਿਆਂ ਦੇ ਚਿੰਨ੍ਹਾਂ ਦੀ ਪਹਿਚਾਣ ਕਰਕੇ ਮੌਕੇ 'ਤੇ ਹੀ ਇਹਨਾਂ ਰੋਗਾਂ ਦੀ ਰੋਕਥਾਮ ਬਾਰੇ ਦੱਸਿਆ ਜਾਂਦਾ। ਇਸ ਕਲੀਨਿਕ ਵਿੱਚ BSc ਐਗਰੀਕਲਚਰ ਖੇਤੀਬਾੜੀ ਕਰ ਰਹੇ ਵਿਦਿਆਰਥੀ ਨੂੰ ਪੌਦਿਆਂ ਦੇ ਅਧਿਐਨ ਦੀ ਵਿਵਹਾਰਕ ਸਿਖਲਾਈ ਦਿੱਤੀ ਜਾਂਦੀ ਹੈ। ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਦੇ ਵਿਕਾਸ ਨਾਲ ਜੁੜੇ ਹੋਰ ਵਿਅਕਤੀਆਂ ਨੂੰ ਸ਼ਨਾਖਤੀ ਚਿੰਨ੍ਹਾਂ ਦੀ ਪਹਿਚਾਣ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਪੌਦਿਆਂ ਦਾ ਅਧਿਐਨ ਕਰਨ ਲਈ ਲੋੜੀਂਦੇ ਸੰਦਾਂ, ਸਾਜੋ ਸਮਾਨ, ਦਵਾਈਆਂ, ਖਾਦਾਂ, ਪੰਪਾਂ, ਪੌਦਿਆਂ ਦੇ ਨਮੂਨੇ, ਬੀਜ ਅਤੇ ਹੋਰ ਸਥਾਪਿਤ ਚੀਜ਼ਾਂ ਜਾਂ ਉਹਨਾਂ ਦੇ ਨਮੂਨੇ ਜਾਂ ਉਹਨਾਂ ਦੀਆਂ ਫੋਟੋਆਂ ਰੱਖੀਆਂ ਜਾਂਦੀਆਂ ਹਨ। ਇਹਨਾਂ ਦੇ ਸਿਖਿਆਰਥੀਆਂ ਨੂੰ ਜਾਣੂ ਕਰਵਾਇਆ ਜਾਂਦਾ ਹੈ। ਇੱਥੇ ਵੱਖ ਵੱਖ ਫਸਲਾਂ ਦੇ ਮੁੱਖ ਕੀੜਿਆਂ ਵਾਸਤੇ ਆਰਥਿਕ ਨੁਕਸਾਨ ਦੀ ਹੱਦ, ਇਕਨੋਮਿਕ ਥ੍ਰੈਸ ਹੋਲਡ ਲੈਵਲ ਬਾਰੇ ਗਿਆਨ ਦਿੱਤਾ ਜਾਂਦਾ ਹੈ। ਆਰਥਿਕ ਨੁਕਸਾਨ ਦੀ ਹੱਦ ਫਸਲੀ ਬਿਮਾਰੀਆਂ ਅਤੇ ਕੀੜਿਆਂ ਦੀ ਉਹ ਅਵਸਥਾ ਹੈ ਜਦੋਂ ਇਹਨਾਂ ਦਾ ਹਮਲਾ ਗਿਣਤੀ ਪੌਦਿਆਂ 'ਤੇ ਇੱਕ ਖਾਸ ਪੱਧਰ 'ਤੇ ਪਹੁੰਚ ਜਾਂਦੀ ਹੈ, ਜਿੱਥੇ ਸਹੀ ਦਵਾਈ ਦਾ ਸਪਰੇਅ ਕਰਨਾ ਜ਼ਰੂਰੀ ਸਮਝਿਆ ਜਾਂਦਾ ਹੈ ਤਾਂ ਜੋ ਪੌਦਿਆਂ ਨੂੰ ਵੱਧ ਤੋਂ ਵੱਧ ਲਾਭ ਹੋਵੇ ਅਤੇ ਖਰਚ ਵੀ ਘੱਟ ਤੋਂ ਘੱਟ ਹੋਵੇ। ਇਸ ਨਾਲ ਕੀੜੇ ਮਾਰ ਦਵਾਈਆਂ ਦੀ ਅੰਧਾਧੁੰਦ ਅਤੇ ਬਲੋੜੀ ਵਰਤੋਂ ਵੀ ਰੁਕੀ।
किसानों की सहूलत और तकनीकी जानकारी हित वक्ख-वक्ख विषयां दे खेती माहर निजी तौर ते घर बैठे किसानों टैलीफोन नंबर 0161-24-0-1960 एक्सटेंशन जी 414 राही जानकारी देते हैं। इस तो इलावा किसान वीर इस हस्पताल के माहरां नूं मोबाइल नंबर राही 94-630-4-81-81 जां ईमेल plantclinic@pau.edu राही भी प्रभावित पौद्यां दी तस्वीरां भेज के तुरंत हल करवा सकते हैं। व्हाट्सएप ते भी प्रभावित पौद्यां तस्वीरां भेज के किसान वीर अपनी मुश्किल का हल पुछ सकते हैं। फिर इस हस्पताल कोल पौद्यां दे निरीक्षण अते प्रदर्शनी लई चलदी फिरदी वैन मोबाइल डायग्नोस्टिक कम एग्जीबिशन वैन है, जिस राही पिंड पिंड जाके खेती की तकनीकी जानकारी फिल्मां विखा के दित्ती जांदी है। इस वैन विच प्लांट क्लीनिक नाल संबंधित काफ़ी साजो समान हुंदा है। मौके पर पौद्यां नूं आई समस्या का निरीक्षण करके माहिर वालों इलाज भी दस्या जांदा है। क्लीनिक विच खेती दे ज्ञान नूं हर घर तक पहुँचाउण लई किसानां लई PAU दूत अते के मास सेवा भी नवीं शुरू की गई है। किसान वीर अपना ईमेल अते मोबाइल नंबर रजिस्टर्ड करवा के फायदा लै सकन। प्लांट क्लीनिक विच लोड़ींदी समगरी। प्लांट क्लीनिक विच मुख तौर पर लोड़ींदे साजो समान का वेरवा हेठ लिखे अनुसार है। माइक्रोस्कोप, बूटे की चीर फाड़ करन उपरांत बीमारी के लक्षण वेखन लई माइक्रोस्कोप की लोड़ पैंदी है। इस तरह कीड़े ते बीमारी की सही पहचान की जाती है। सही रंगा छोटिया निशानियां आदि की पहचान भी इसे नाल की जाती है। फिर मैगनीफाइंग लेंस, इन्हों की वरतों भी पौद्या के छोटे हिस्से और कीड़े के होर जंतुओं की पहचान करने की जाती है। चाकू, छुरियां, कैंची ये औजार बूटे नूं माइक्रोस्कोप हेठा वेखण योग बनाउण लई चीर फाड़ करन लई वरते जांदे हन। फिर इनकूबेटर, उल्लियां आदि नूं मीडिया उपर रख के इनकूबेटर विच लोड़ींदे तापमान ते नमी उपर रख्या जांदा है। फिर उल्ली उग पैण ते इस दी पछाण करके जीवाण दा कारण लभ्या जांदा है। रसायन कैमिकल्स, जिहड़े पौद्यां दीआं नवीआं अलामतां नूं नमूनिआं तों शीशे ते बर्तनां विच पा के सांभ के रख्या जांदा है। अजिहे नमूने विद्यार्थियों अते होर स्टाफ की ट्रेनिंग लई जरूरी हो जाते हैं। इस कार्य लई कई तरह के रसायनों की लोड़ पैंदी है। इन्हां विच फॉर्मलीन, कॉपर असिस्टेट, एसटिक एसिड, अलकोहल आदि महत्वपूर्ण हैं। इन्हां नूं सांभण लई शीशे के बर्तनों की लोड़ पैंदी। सुके गिले नमूने सांभण दे साजो समान, इसलिए कई तरह दीआं अलमारियां दी लोड़ पैंदी जिन्हां विचों पौद्यां दे गिले जां सुके नमूने सांभे जांदे हन ताकि लोड़ पैण ते इह वरते जा सकन। कंप्यूटर, कई तरह के नमूने खास करके तत्तां दी घाट नाल संबंधित ना गिले ते ना सुका के रखे जा सकदे हन, इसलिए जां तां उहनां दी फोटोआं लईआं जांदीआं हन जां फिर स्कैनर द्वारा स्कैन करके कंप्यूटर 'च सांभे जांदे हन ते लोड़ पैण ते वरते जा सकदे हन। इसलिए कंप्यूटर अते उस नाल संबंधित साजो समान भी प्लांट क्लीनिक का महत्वपूर्ण हिस्सा हैं। फोटो कैमरे ते प्रोजैक्टर, कैमरा अते प्रोजैक्टर बारे की है जी जानकारी आपां लगावांगे। बीमार बूटियां दीयां फोटोआं ते स्लाइडां बनाई जांदियां जिन्हां नूं क्लीनिक विच सांभिया जांदा है। फोटो ते स्लाइडां दी सहायता नाल कोई भी विज्ञानी बीमार बूटियां दे नमूने दी पछाण कर सकदा है। अज दे युग विच जानकारी देण लई भी इह माध्यम सब तो वध कारगर है। इस तरह स्लाइडां प्रोजैक्टर राहीं विखाईआं जांदियां हन। फोटो ते वड्डे वड्डे कार्ड तैयार करके क्लीनिक विच लगाए जांदे हन। किताबां, बहुत सारी किताबां जिन्हां दी सहायता नाल बूटियां दीआं अलामतां दी पछाण कीती जांदी है इन्हां सेंटरां विच मौजूद हन। इन्हां किताबां विच बीमारी, कीड़ा, तत्तां दी घाट आदि दी पछाण करन संबंधी समग्री विस्तार विच दर्ज हुंदी है। सो बच्चो, इस तुहाडे 11वें पाठ का वीडियो, इस पाठ नूं तुसीं ध्यान नाल सुन लिया होगा। इस पाठ के प्रश्न उत्तर की वीडियो प्राप्त करने लई चैनल सबसक्राइब करके बैल आइकन बटन जरूर दब दो। जे इस पाठ नूं तुसीं पढ़ना चाहुंदे हो इस वीडियो के डिस्क्रिप्शन जाके एक लिंक दिता जा रहा, उस लिंक तो तुसीं ऑफलाइन पढ़ने लई डाउनलोड कर सकते हो। धन्यवाद।